ਕਹਿਣੇ ਬਲਕੀਸ ਘੈਂਟੀ ਦੇ ਆਪਣਾ ਮੁੱਦੇ ਜੀ ਚੌਰੀ ਸਾਹਿਬ ਦੇਖ ਤੈਨੂੰ ਮੈਂ ਇਸ ਘਰ ਦੇ ਵਿੱਚ ਚੌਧਰੀ ਬਣਾ ਕੇ ਲਿਆ ਜੀ ਉਹ ਇਸ ਕਰਕੇ ਕਿ ਇੱਥੇ ਤੂੰ ਚੈੱਕ ਕਰਨਾ ਕਿ ਮੇਰਾ ਜਿਸ ਕੁੜੀ ਨਾਲ ਰਿਸ਼ਤਾ ਹੋ ਰਿਹਾ ਉਹ ਮੇਰੇ ਨਾਲ ਪਿਆਰ ਕਰਦੀ ਹੈ ਕਿ ਮੇਰੀ ਦੌਲਤ ਨਾਲ ਯਾਨੀ ਕਿ ਕੁੜੀ ਚੈੱਕ ਕਰਨੀ ਹਾਂ ਇੰਨੀ ਨਾ ਚੈੱਕ ਕਰ ਲਈ ਮੁੜ ਕੇ ਕੱਲ ਨੂੰ ਡਾਕਟਰ ਚੈੱਕ ਕਰਨ ਡਿਆ ਹੋਵੇ ਉਹਨੂੰ ਪੁੱਤਰ ਗੱਲ ਸੁਣ ਪਤਾ ਕੀ ਤੂੰ ਇਹ ਮੇਰਾ ਨੌਕਰ ਜੀ ਚੌਰੀ ਸਾਹਿਬ ਤੇ ਮੈਂ ਆ ਚੌਧਰੀ ਹਾਂਜੀ ਤੈਨੂੰ ਇੱਥੇ ਚੌਧਰੀ ਇਸ ਕਰਕੇ ਬਣਾ ਕੇ ਲਿਆ ਕਿ ਤੂੰ ਕਿਸੇ ਨੂੰ ਸ਼ੱਕ ਨਹੀਂ ਹੋਣ ਦੇਣਾ ਕਿ ਤੂੰ ਮੁੱਦਾ ਮੇਰਾ ਨੌਕਰ ਹੈ ਚੌਰੀ ਸਾਹਿਬ ਅਗਰ ਉਹਨੂੰ ਪਤਾ ਲੱਗ ਗਿਆ ਨਾ ਉਹਨਾਂ ਸਭ ਤੋਂ ਪਹਿਲੇ ਤੁਹਾਨੂੰ ਜੁੱਤੀਆਂ ਮਾਰਨੀਆਂ ਬਾਅਦ ਮੈਨੂੰ ਮਾਰਨੀਆਂ ਮੈਨੂੰ ਕੋਈ ਜੁੱਤੀਆਂ ਨਹੀਂ ਮਾਰ ਸਕਦਾ 36 ਮਰਬਿਆਂ ਦਾ ਮਾਲਕ ਹਾਂ ਮੈਂ ਤੁਸੀਂ ਮਾਲਕ ਹੋ ਨਾ ਮੈਂ ਮੂੰਹ ਲੱਗਦਾ 36 ਮਰਬਿਆਂ ਦਾ ਮਾਲਕ ਇਹ ਤੇਰੇ ਪਾਕਿਸਤਾਨ 'ਚ ਬੜੇ ਐਸੇ ਚੌਧਰੀ ਨੇ ਜਿਹੜੇ ਚੌਧਰੀ ਨੇ ਪਰ ਮੂੰਹ ਨਹੀਂ ਲੱਗਦੇ ਟੈਨਸ਼ਨ ਨਾ ਲੈ ਤੂੰ ਠੀਕ ਹੈ ਚੌਰੀ ਸਾਹਿਬ ਬਸ ਜਿਵੇਂ ਮੈਂ ਕਹਾਂ ਤੂੰ ਉੰਜ ਕਰਨਾ ਜੀ ਚੌਰੀ ਸਾਹਿਬ ਤੇ ਅੱਗੇ ਲੱਗੇ ਕਿ ਤੂੰ ਮਾਲਕ ਹੈ ਓਕੇ ਚੌਰੀ ਸਾਹਿਬ ਤੇ ਨੌਕਰ ਨਾ ਲੱਗੇ ਨਹੀਂ ਚੌਰੀ ਸਾਹਿਬ ਤੁਰ ਕੇ ਵਹਾ ਤੁਰ ਕੇ ਵਹਾ ਓਏ ਇੱਕ ਮਿੰਟ ਜੀ ਤੂੰ ਕਾ ਫਸਿਆ ਹੈ ਤੇਰੇ ਕੀ ਹੋ ਜਾ ਰਿਲੈਕਸ ਰੈ ਇਹਦੇ ਕੇ ਪੱਥਰ ਅੱਗੇ ਮਾਰ ਓਏ ਆ ਬੰਨੀ ਗਿਆ ਲੱਗਦਾ ਜੋ ਕੁੱਤਾ ਟਰੱਕ ਥੱਲੇ ਆਇਆ ਫਿਰ ਆਪ ਹੀ ਆ ਜਾ ਅੱਛਾ ਕੋਈ ਵੀ ਆਵੇ ਤੇਰਾ ਕੰਮ ਹੈ ਕਿ ਲੱਗੇ ਚੌਧਰੀ ਜੀ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜੀ ਮਨਸੂਰ ਬੇ ਬੁਲਾਓ ਕਿੱਥੇ ਨੇ ਬੇ ਸਾਹਿਬ ਉਹ ਮੈਂ ਲੈਲੇ ਮੁੰਨਣਾ ਦੀ ਮਸ਼ੀਨ ਤੁਸੀਂ ਕੌਣ ਹੋ ਜੀ ਕੀ ਨਾਮ ਹੈ ਜਨਾਬ ਐ ਮਨਸੂਰ ਬੇਗ ਜੀ ਜੀ ਮੈਨੂੰ ਚੌਰੀ ਸ਼ਮਸ਼ੇਰ ਕਹਿੰਦੇ ਨੇ ਲਾਲ ਬੇਗ ਸਾਹਿਬ ਦੱਸਿਆ ਨਹੀਂ ਤੁਹਾਡਾ ਨਾਮ ਲਾਲ ਬੇਗ ਮਨਸੂਰ ਬੇਗ ਅੱਛਾ ਮਨਸੂਰ ਬੇਗ ਭਾਈ ਜੀ ਅੱਗੇ ਆ ਜਾਓ ਲੱਗਦਾ ਕੋਈ ਬੰਦਾ ਫਜ਼ੂ ਕਰਨ ਗਿਆ ਤੇ ਇੱਕ ਤੇ ਐਨਕ ਰੱਖ ਕੇ ਗਿਆ ਕੀ ਮਸਲਾ ਤੇ ਹੈ ਕੀ ਮਸਲਾ ਤੇ ਇੱਕ ਮਿੰਟ ਬੇਗ ਸਾਹਿਬ ਜੇ ਮੈਂ ਚੌਰੀ ਸਾਹਿਬ ਗੱਲ ਕਰ ਰਿਹਾ ਤੂੰ ਐਵੇਂ ਮਾਮਾ ਵਿੱਚ ਇੱਕ ਮਿੰਟ ਅਸਮੇਲ ਬੇਗ ਸਾਹਿਬ ਲਾਗ ਨਹੀਂ ਜੀ ਉਧਰ ਨਾ ਵਿੱਚ ਪਾਗਲ ਹੋਇਆ ਇਸਮੇਲ ਨਹੀਂ ਇਹ ਵਾਕਈ ਬੰਦਾ ਹੈ ਜਾਂ ਕਿਸੇ ਨੇ ਬਲੈਕ ਬੋਰਡ ਦੇ ਉੱਤੇ ਹੱਥ ਨਾਲ ਬੰਦਾ ਬਣਾਇਆ ਇਸ ਤਰ੍ਹਾਂ ਨਹੀਂ ਕਰੀਦਾ ਪੁੱਤਰ ਮੈਂ ਜੈਨੂਇਨ ਬੰਦਾ ਜੈਨੂਇਨ ਬੰਦਾ ਕਿਹੜਾ ਬੰਦਾ ਤੇਰੀ ਬੈਂਡ ਦਾ ਬੰਦਾ ਹੁਣ ਲੱਗ ਗਈ ਪਤਾ ਅੱਛਾ ਮਾਸ਼ਾ ਲੱਗ ਗਿਆ ਨਾ ਤੁਸੀਂ ਇਹ ਆਪਣਾ ਸਿੱਟਾ ਚ ਲੱਤਾਂ ਪਾਈਆਂ ਪਜਾਮਾ ਹੈਗਾ ਤੇ ਪਜਾਮੇ ਚ ਵੜੇ ਕਿਵੇਂ ਹੋ ਪਹਿਲੇ ਤੇਰੇ ਘਰ ਵੜੇ ਤੂੰ ਪੈ ਗਈ ਪੁਲਿਸ ਮੈਂ ਪਜਾਮੇ ਦੇ ਵਿੱਚ ਵੈਸੇ ਪਜਾਮੇ ਹਜਾਬ ਕਾਉਂਟਰ ਲੱਗਿਆ ਵੈਸੇ ਪਜਾਮੇ 'ਚ ਇੰਝ ਵੜਦਾ ਬੰਦਾ ਤੁਸੀਂ ਇੰਝ ਵੜ ਗਏ ਵੱਡੇ ਬਰੋ ਸਾਹਿਬ ਆਏ ਨੇ 36 ਮਰਬਿਆਂ ਦੇ ਮਾਲਕ ਬਸ ਅੱਲਾ ਨੇ ਸਾਰਾ ਕੁਝ ਦਿੱਤਾ ਹੈ ਇਹਨਾਂ ਨੂੰ ਅੱਛਾ ਇਹੋ ਜਿਹੇ ਪਤਾ ਹਾਂ ਉਹ ਜੋ ਨਸੀਬਾਂ ਦਾ ਇਹ ਸਿੰਧ ਵਾਲੀ ਸਾਈਡ ਤੇ ਇਹੋ ਜਿਹੇ ਚੋਰ ਹੁੰਦੇ ਨੇ ਪੁੱਛੋ ਨਾ ਕੀ ਕਰਦੇ ਹੋ ਬਸ ਮਾਰਾ ਗਾੜੀ ਬਾੜੀ ਡੂਟ ਲੈ ਤੇ ਅੱਲਾ ਇੱਜ਼ਤ ਦੀ ਰੋਟੀ ਦੇ ਦੇ ਇਹ ਮਸਲਾ ਤੇਰਾ ਹੈ ਕਿ ਆ ਬੱਚਿਆ ਤੈਨੂੰ ਹਯਾ ਹੈ ਕਿ ਨਹੀਂ ਹੈ ਹੈ ਸੋਲਾ ਮੇਰਾ ਚਵਲ ਦਿਆ ਬੱਚਾ ਹਯਾ ਨਹੀਂ ਹੈ ਅੰਨੀ ਦਿਆ ਬੱਚਿਆ ਫਸਾਉਣਾ ਹੀ ਇਹਨੂੰ ਕਿਤੇ ਯਾਰ ਦਾ ਘੱਟ ਹੈ ਹੱਥ ਹੌਲਾ ਰੱਖ ਕਿਸੇ ਵੇਲੇ ਮੈਂ ਮਾਲਕ ਕਿਸੇ ਵੇਲੇ ਤੂੰ ਨੌਕਰ ਨਹੀਂ ਮੈਂ ਜਾ ਰਿਹਾ ਜਾਨ ਤੁਸੀਂ ਐਨ ਸੌਰਾ ਕਹਿ ਦਿੱਤਾ ਹਾਲੇ ਤੇ ਗੱਲ ਹੀ ਕੋਈ ਨਹੀਂ ਆਈ ਨਹੀਂ ਗੱਲ ਸਹੀ ਤੇ ਅਸੀਂ ਬਦਤਮੀਜ਼ ਮੁਲਾਜ਼ਮ ਆ ਗਿਆ ਤਾਂ ਮੈਂ ਤੁਹਾਨੂੰ ਰਿਸ਼ਤਾ ਦੇਵਾਂਗਾ ਭਾਈ ਜੀ ਤੁਸੀਂ ਵੀ ਅੱਗੇ ਆ ਜਾਓ ਬੱਕਰੀ ਦੇ ਚੋਏ ਥਾਣੇ ਦਾ ਮੂੰਹ ਤੁਹਾਡਾ ਦੇਖ ਰਹੇ ਹੋ ਹਜ਼ਾਰਾਂ ਲੋਕਾਂ ਨੇ ਪਹਿਲੇ ਵੀ ਮੈਨੂੰ ਇਹ ਕਿਹਾ ਹੈ ਮੈਂ ਨਹੀਂ ਮੰਨਿਆ ਇਹ ਹਜ਼ਾਰ ਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਮੈਂ ਲੱਗ ਰਿਹਾ ਲੱਗ ਰਿਹਾ ਰਿਸ਼ਤੇਦਾਰੀ ਚਲੋ ਕੋਈ ਗੱਲ ਨਹੀਂ ਮੈਂ ਵੀ ਇਸ ਤੁਹਾਨੂੰ ਜਾੜਿਆ ਜਾੜਿਆ ਬੜੀ ਮਿਹਰਬਾਨੀ ਤੁਹਾਨੂੰ ਲੱਗਦਾ ਨਹੀਂ ਤੁਹਾਡਾ ਮੂੰਹ ਇੰਜ ਜਿਵੇਂ ਉੱਤੇ ਰੱਖਿਆ ਛੱਡ ਦੇਣਾ ਤੁਸੀਂ ਮੈਂ ਆਖਿਆ ਉਹਦੇ ਵਰਗਾ ਤੇ ਮੂੰਹ ਨਹੀਂ ਹੈਗਾ ਤੁਹਾਡਾ ਸ਼ੁਕਰ ਹੈ
ਇਸ ਗੱਲ ਉੱਤੇ ਬਚਾਏ ਫਿਰ ਕਿਸ ਤਰ੍ਹਾਂ ਉਹ ਜਿਹੜੀ ਬੂਟ ਦੇ ਵਿੱਚ ਦੇ ਕੇ ਸੂਤਰ ਪਾ ਕੇ ਆਇਆ ਨਹੀਂ ਖੇਡਦਾ ਛੱਡ ਦਿਓ ਚਲੋ ਸਰ ਤੁਸੀਂ ਵੀ ਮੁਨਸਫ ਆਦਮੀ ਹੋ ਜੀ ਜੀ ਲੱਗ ਰਿਹਾ ਹਾਂਜੀ ਅਸਲ ਤੇ ਉਹਨੇ ਖਿੱਚਿਆ ਇੰਜ ਕਿ ਲੱਗ ਰਿਹਾ ਪਾਗਲ ਆ ਗਿਆ ਧੰਨ ਪਾਗ ਤੁਹਾਡੇ ਵੱਡੇ ਚੋਈ ਸਾਹਿਬ ਆ ਗਏ ਆਪਣਾ ਚਾਚਾ ਰਿਓੜੀ ਰਿਓੜੀ ਛੋਟੀ ਹੁੰਦੀ ਛੱਡ ਦਿਓ ਤੁਸੀਂ ਮੇਰਾ ਮਤਲਬ ਹੈ ਜਿੱਥੇ ਰਿਸ਼ਤੇਦਾਰੀ ਕਰਨੀ ਉੱਥੇ ਉੱਥੇ ਨਹੀਂ ਗੱਲ ਕਰਦੇ ਹਜ਼ਾਰ ਸ਼ਰਮ ਕਰਿਆ ਕਰ ਹਾਂਜੀ ਬੱਕਰੀ ਦੀ ਪੂਛ ਵੇਖੀ ਕਦੀ ਤੁਸੀਂ ਹਜ਼ਾਰਾਂ ਕਰੋੜਾਂ ਵਾਲੀ ਵੇਖੀ ਵੀ ਅਸੀਂ ਅੰਨੇ ਨੇ ਐਨਕ ਲਾਈ ਹੋਈ ਹੈ ਸਰ ਅੱਛਾ ਪੂਹੀ ਜਿਹੜੀ ਐ ਕਰਦੀ ਇਸ ਤਰ੍ਹਾਂ ਇਸ ਤਰ੍ਹਾਂ ਕਰਦੀ ਹੈ ਉਹਦੀ ਜਿਹੜੇ ਕਰਕੇ ਤੁਹਾਡਾ ਮੂੰਹ ਨਹੀਂ ਹੈਗਾ ਇਹਨੇ ਕੱਢ ਲੈਣਾ ਤੇ ਫਿਰ ਕੀ ਦਰ ਗਿਆ ਉਹ ਜਿਹੜੀ ਨਾਲ ਇੱਕ ਮੇਂਗੰਡੀ ਲਮਕ ਰਹੀ ਹੁੰਦੀ ਹੈ ਇੱਕ ਗਲਾਸ ਪਾਣੀ ਤੇ ਲੈ ਕੇ ਆਓ ਜਰਾ ਹੈਲੋ ਇੱਕ ਮਿੰਟ ਠਹਿਰੋ ਹੈਲੋ ਤੁਸੀਂ ਇੱਥੇ ਤੁਸੀਂ ਤਾਂ ਨਹੀਂ ਨਾ ਆ ਦੇਖੋ ਤੁਹਾਡੇ ਘਰ ਆ ਕੇ ਕੋਈ ਪਿਆਸਾ ਚਲੇ ਗਿਆ ਤੇ ਕੀ ਹੋਏਗਾ ਕਛੁਕ ਮੇਰਾ ਬੂਦ ਹੈ ਨਹੀਂ ਲੱਗ ਤਾਂ ਨਹੀਂ ਰਹੇ ਕਛੁਕ ਮੈਂ ਇਸ ਤਰ੍ਹਾਂ ਦਾ ਅਬੂ ਇਸ ਤਰ੍ਹਾਂ ਦਾ ਚਾਰ ਪਾਨ ਇਕੱਠੇ ਲਵੋ ਤਿੰਨ ਮਿੱਠੇ ਇੱਕ ਪੱਤੀ ਵਾਲਾ ਉਹ ਇੱਕੋ ਲਿਫਾਵੇ ਚਾਰੇ ਪਾਨ ਪਾ ਲੈਂਦਾ ਆਖਿਰ ਕਿਹੜੀ ਐਸੀ ਨਿਸ਼ਾਨੀ ਲਾਉਂਦਾ ਕਿ ਪਤਾ ਲੱਗੇ ਕਿ ਇਹ ਪਾਨ ਲੈਦਾ ਹੈਲੋ ਬੇਗ ਤੇਰਾ ਨਾ ਰਿਸ਼ਤਾ ਹੋਇਆ ਨਾ ਹਾਲੀ ਉਹਨੇ ਹਾਂ ਕੀਤੀ ਤੂੰ ਏਡੇ ਕਦ ਵੀ ਕੱਸ ਕੱਸ ਕੇ ਮੈਨੂੰ ਖੁੱਸੇ ਮਾਰਨ ਡਿਆ ਉੱਥੇ ਜਗ
ਲੱਗਣੀ ਹੈ। ਚੱਲ ਜਲਦੀ ਉੱਤਰ ਸਾਹ ਜਿਹੜਾ ਪਾਣੀ ਪਾਈ